ਸਾਡੀ ਸਿਆਸਤ ਦੀ ਤੇ ਸਿਆਸਤਦਾਨਾਂ ਦੀ ਇੱਕ ਤਰਾਸ ਦੀ ਏ ਕਿ ਇਹ ਮੁਫਤ ਖੋਰੀ ਵਾਲੇ ਪਾਸੇ ਤਾਂ ਜਾਂਦੇ ਨੇ ਪਰ ਮਨੁੱਖੀ ਅਧਿਕਾਰਾਂ ਦੀ ਗੱਲ ਕੋਈ ਵੀ ਨਹੀਂ ਕਰਦਾ ਚੋਰ ਚੱਕੇ ਕਾਤਲ ਰੇਪਿਸਟ ਜਿਹੜੇ ਇੱਥੇ ਦੇ ਹਾਰਡ ਕੋਰ ਕ੍ਰਾਈਮਨਲਸ ਹੈ ਉਹਨਾਂ ਨੂੰ ਵੀ ਸਜ਼ਾ ਪੂਰੀ ਹੋਣ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ ਖਾਲੜਾ ਸਾਹਿਬ ਜਿਨ੍ਹਾਂ ਨੇ ਇੱਕ ਰਿਪੋਰਟ ਤਿਆਰ ਕਰਤੀ ਕਿ ਇਥੇ ਇੰਨੇ ਬੰਦੇ ਇਹਨਾਂ ਨੇ ਨੌਜਵਾਨ ਸ਼ਹੀਦ ਕਰਤੇ ਨੇ ਉਸ ਬੰਦੇ ਨੂੰ ਵੀ ਇਹਨਾਂ ਨੇ ਜਿਹੜਾ ਇਦਾਂ ਫੇਕ ਇਨਕਾਊਂਟਰ ਚ ਕਰਕੇ ਮਾਰਤਾ ਇਹ ਮਤਲਬ ਏਡੀ ਵੱਡੀ ਜਿਹੜੀ ਬੇਇਨਸਾਫੀ ਹੈ ਇਸ ਸਿਸਟਮ ਦੇ ਵਿੱਚ ਕਿ ਜਿਹੜਾ ਕਾਨੂੰਨੀ ਤੌਰ ਤੇ ਛੱਡਣਾ ਚਾਹੀਦਾ ਉਹਨੂੰ ਤੇ ਛੱਡਦੇ ਨਹੀਂ ਤੇ ਜਿਹਨੂੰ ਕਾਨੂੰਨੀ ਤੌਰ ਤੇ ਰਹਾਈ ਨਹੀਂ ਬਣਦੀ ਉਹ ਤੁਸੀਂ ਸ਼ਾਮ ਨੂੰ ਘਰ ਨੂੰ ਲੈ ਜਾਓ ਸਾਡੀ ਸਿਆਸਤ ਦੀ ਤੇ ਸਿਆਸਤਦਾਨਾਂ ਦੀ ਇੱਕ ਤਰਾਸਦੀ ਏ ਕਿ ਇਹ ਮੁਫਤ ਖੋਰੀ ਵਾਲੇ ਪਾਸੇ ਤਾਂ ਜਾਂਦੇ ਨੇ ਪਰ ਮਨੁੱਖੀ ਅਧਿਕਾਰਾਂ ਦੀ ਗੱਲ ਕੋਈ ਵੀ ਨਹੀਂ ਕਰਦਾ ਦੇ ਖਬਰਸਾਰ ਚੈਨਲ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਜੀ ਹਾਂ ਮੁਫਤ ਬਿਜਲੀ ਮੁਫਤ ਪਾਣੀ ਮੁਫਤ ਪੈਸੇ ਵੰਡਣ ਨੂੰ ਸਾਰੇ ਤਿਆਰ ਨੇ ਪਰ ਮਨੁੱਖੀ ਅਧਿਕਾਰਾਂ ਦੀ ਗੱਲ ਕੋਈ ਨਹੀਂ ਕਰਦਾ ਪਰ ਸਮੇਂ ਸਮੇਂ ਸਿਰ ਵਕੀਲ ਭਾਈਚਾਰਾ ਮਨੁੱਖੀ ਅਧਿਕਾਰਾਂ ਦੇ ਲਈ ਖੜਦਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵਿਖੜਦਾ ਰਹੇਗਾ ਸਾਡੇ ਨਾਲ ਇਸ ਵੇਲੇ ਸੀਨੀਅਰ ਐਡਵੋਕੇਟ ਸਰਦਾਰ ਅਮਰ ਸਿੰਘ ਚਾਹਲ ਜੀ ਐਡਵੋਕੇਟ ਰਵਿੰਦਰ 바ਸੀ ਜੀ ਐਡਵੋਕੇਟ ਦਿਲਜੀਤ ਸਿੰਘ ਜੰਡਿਆਲਾ ਜੀ ਐਡਵੋਕੇਟ ਭਾਰਤੀਆ ਸਾਹਿਬ ਤੇ ਐਡਵੋਕੇਟ ਰਮਨਦੀਪ ਸਿੰਘ ਵੀ ਮੌਜੂਦ ਨੇ ਗੱਲਬਾਤ ਕਰਾਂ ਕਿ ਤੇ ਕੱਲ ਇੱਕ ਮਾਰਚ ਕੱਢਿਆ ਜਾਣਾ ਕਿਉਂ ਕਿਸ ਵਾਸਤੇ ਇਸ ਬਾਰੇ ਗੱਲਬਾਤ ਕਰਾਂਗੇ ਅ ਸਰ ਕੱਲ ਕੋਈ ਮਾਰਚ ਕੱਢਣ ਦੀ ਗੱਲ ਆ ਰਹੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮਾਰਚ ਸ਼ੁਰੂ ਹੋਣਾ ਹੈ ਮਾਰਚ ਕਿਸ ਸੰਬੰਧ ਵਿੱਚ ਹੈ ਦੇਖੋ ਜੀ ਕੱਲ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਗਵਰਨਰ ਹਾਊਸ ਤੱਕ ਸਮੂ ਸਿੱਖ ਜਥੇਬੰਦੀਆਂ 1 ਮਾਰਚ ਕੱਢ ਰਹੀਆਂ ਤਾਂ ਕਿ ਜਿਹੜੇ ਪੰਜਾਬ ਦੇ ਰਾਜਨੀਤਿਕ ਕੈਦੀਆਂ ਪੋਲਿਟਿਕਲ ਪ੍ਰਿਜ਼ਨਰਸ ਐ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕੇਸ ਦੇ ਵਿੱਚ ਹੰਤ ਰੱਖਿਆ ਹੋਇਆ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਤੇ ਉਹਨਾਂ ਦੀ ਰਿਹਾਈ ਵਾਸਤੇ ਇਹ ਮਾਰਚ ਕੱਢਿਆ ਜਾ ਰਿਹਾ ਤੇ ਜਿੰਨੇ ਵੀ ਸਿੱਖ ਹਤੈਸੀ ਪੰਜਾਬ ਹਤੈਸੀ ਲੋਕ ਹੈ ਉਹ ਇੱਥੇ ਸ਼ਾਮਲ ਹੋ ਰਹੇ ਆ ਤਾਂ ਕਿ ਜਿਹੜੇ ਸਾਡੇ ਨੌਜਵਾਨ ਪਿਛਲੇ 30-30 ਸਾਲਾਂ ਤੋਂ 25-25 ਸਾਲਾਂ ਤੋਂ ਜ਼ਿਲ੍ਹਾਂ ਦੇ ਵਿੱਚ ਬੰਦ ਹੈ ਤੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਤੇ ਉਹਨਾਂ ਨੂੰ ਜੋ ਸਰਕਾਰਾਂ ਐ ਜੋ ਕੇਂਦਰ ਸਰਕਾਰ ਐ ਉਹਨਾਂ ਨੂੰ ਹਲ ਤੱਕ ਉਹਨਾਂ ਦੀ ਰਿਹਾਈ ਨਹੀਂ ਕਰ ਰਹੀ ਜਦ ਕਿ ਚੋਰ ਚੱਕੇ ਕਾਤਲ ਰੇਪਿਸਟ ਜਿਹੜੇ ਇੱਥੇ ਦੇ ਹਾਰਡ ਕੋਰ ਕ੍ਰਾਈਮਨਲਸ ਐ ਉਹਨਾਂ ਨੂੰ ਵੀ ਸਜ਼ਾ ਪੂਰੀ ਹੋਣ ਤੋਂ ਬਾਅਦ ਛੱਡ ਦਿੱਤਾ ਜਾਂਦਾ ਪਰ ਇੱਥੇ ਜਿਹੜੇ ਸਾਡੇ ਰਾਜਨੀਤਿਕ ਕੰਦੀਆਂ ਚਾਹੇ ਉਹ ਭਾਈ ਜਗਤਾਰ ਸਿੰਘ ਹਵਾਰਾ ਚਾਹੇ ਉਹ ਆਪਣੇ ਰਾਜਵਾਨ ਤੇ ਐਵੇਂ ਕਿੰਨੇ ਹੀ ਸਾਡੇ ਜਿਹੜੇ ਪੋਲੀਟੀਕਲ ਪ੍ਰिजनਰਸ ਹੈ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆਂ ਜੇਲ੍ਹਾਂ ਚ ਬੰਦ ਆਂ ਈਵਨ ਐਸੀਆਂ ਜੇਲ੍ਹਾਂ ਚ ਬੰਦ ਆ ਸਟੇਟਾਂ ਜਿੱਥੇ ਉਹਨਾਂ ਦੇ ਖਿਲਾਫ ਕੋਈ ਕੇਸ ਵੀ ਹੈ ਨਹੀਂ ਜਿੱਥੇ ਸਾਰੇ ਕੇਸਾਂ ਚ ਬਰੀ ਹੋ ਚੁੱਕੇ ਆਂ ਜਿਵੇਂ ਭਾਈ ਹਵਾਰਾ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਦੇ ਖਿਲਾਫ ਕੋਈ ਕੇਸ ਨਹੀਂ ਤੇ ਉਥੇ ਜਿਹੜੇ ਵੀ ਸੀਗੇ ਉਥੇ ਸਾਰਿਆਂ ਚ ਬਰੀ ਹੋ ਚੁੱਕੇ ਨੇ ਲੇਕਿਨ ਲੇਕਿਨ ਸਰ ਇੱਕ ਤਰਾਸਦੀ ਹੈ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਵੀ ਕੀਤੀ ਹੈ ਵੀ ਫਰੀ ਵੰਡਣ ਦੇ ਵਿੱਚ ਨਾ ਵੀ ਤੁਸੀਂ ਇੰਨੀ ਯੂਨਟਾਂ ਫਰੀ ਲੈ ਲਓ ਤੁਹਾਡੇ ਪੁਰਾਣੇ ਬਿੱਲ ਮਾਫ ਕਰਾਂਗੀ ਪੰਜਵੀਂ ਪਾਸ ਕਰੋੜ ਰੁਪਏ ਵੀ ਦੇਵਾਂਗੀ ਅਸੀਂ ਇਦਾਂ ਦੇ ਬਹੁਤ ਲਾਰੇ ਲਾਈ ਜਾ ਰਹੀ ਨਹੀਂ ਇਹਨਾਂ ਦੌਰਾਂ ਦੇ ਵਿੱਚ ਪਰ ਕੋਈ ਵੀ ਸਿਆਸੀ ਲੀਡਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਨਜ਼ਰ ਨਹੀਂ ਆਉਂਦਾ ਕਿਸੇ ਦੇ ਵੀ ਏਜੰਡੇ ਵਿੱਚ ਬੰਦੀ ਸਿੰਘਾਂ ਦੀ ਗੱਲ ਹੀ ਨਹੀਂ ਹੈਗੀ ਦੇਖੋ ਉਹਨਾਂ ਦੇ ਏਜੰਡੇ ਵਿੱਚ ਤਾਂ ਹੋਵੇ ਜੇ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦਾ ਦੇ ਪ੍ਰਤੀ ਉਹ ਸੁਹਿਰਦ ਹੋਣ ਜਾਂ ਉਹ ਮਨੁੱਖੀ ਹਧਾਰਾਂ ਦੀ ਆਪ ਕਦੇ ਗੱਲ ਕਰਦੇ ਹਾਂ ਕਿਉਂਕਿ ਰਾਜਨੀਤਿਕ ਤੌਰ ਤੇ ਹਿੰਦੁਸਤਾਨ ਚੰਨੀ ਕਿ ਗਰਾਵਟ ਆ ਚੁੱਕੀ ਹੈ ਵੀ ਕ੍ਰਿਮੀਨਲ ਆਪ ਰਾਜਨੀਤਿਕ ਬੰਦੇ ਬਣੇ ਹੋਏ ਆ ਉਹਨਾਂ ਦੀ ਰਾਜਨੀਤਿਕ ਸੂਝ-ਬੂਝ ਤਾਂ ਤੁਹਾਨੂੰ ਪਿਛਲੇ ਸਮੇਂ ਚ ਦੇਖਣ ਨੂੰ ਮਿਲ ਗਈ ਹੋਣੀ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਹੈ ਮਤਲਬ ਅਸੀਂ ਆਪਣੀ ਰਾਜਨੀਤਿਕ ਸੋਚ ਤੇ ਉਹਨੇ ਗਿਰ ਚੁੱਕੇ ਆ ਵੀ ਮਨੁੱਖੀ ਹਧਾਰ ਅਧਿਕਾਰਾਂ ਦੀ ਗੱਲ ਤਾਂ ਬੜੀ ਦੂਰ ਚਲੇ ਗਈ ਹੈ ਬੀ ਅਹੇ ਸਿਰਫ ਇੱਕ ਰਾਜਨੀਤਿਕ ਤੌਰ ਤੇ ਹੀ ਕੁਝ ਚੰਗਾ ਕਰ ਜਾਣ ਇਹ ਇੱਕ ਬਹੁਤ ਵੱਡੀ ਗੱਲ ਹੈ ਮਨੁੱਖੀ ਅਧਿਕਾਰ ਤਾਂ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈ ਤਾਂ ਇਸ ਕਰਕੇ ਬਾਰ ਬਾਰ ਸਾਨੂੰ ਜਗਾਉਣ ਵਾਸਤੇ ਐਸੇ ਮਾਰਚਾਂ ਦੀ ਲੋੜ ਪੈਂਦੀ ਹੈ ਚਲੋ ਆਮ ਲੋਕਾਂ ਨੂੰ ਤਾਂ ਦਿਲਸ਼ੇਸ਼ ਜੀ ਜਗਾ ਰਹੇ ਹਾਂ ਸਿਆਸਤਦਾਨ ਵੀ ਜਾਗਣਗੇ ਉਹ ਵੀ ਗੱਲ ਕਰਨ ਕਿ ਕਦੇ ਵੀ ਬੰਦੀ ਸਿੰਘਾਂ ਨੂੰ ਵਾਕੀ ਦੇ ਹੱਕ ਰਾਨਾ ਚਾਹੀਦਾ ਹੈ ਕਿਉਂਕਿ ਉਹ ਉਹ ਪੰਜਾਬ ਦੇ ਬੰਦੀ ਸਿੰਘ ਨਹੀਂ ਬੇਸਿਕਲੀ ਸਾਰੇ ਪੰਜਾਬ ਤੋਂ ਨਹੀਂ ਪੰਜਾਬ ਦੀ ਜੰਮਪੜ ਨਹੀਂ ਤੇ ਸਾਡਾ ਸਾਡੀ ਤਰਾਸਤੀ ਹੈ ਵੀ ਕੋਈ ਸਿਆਸੀ ਲੀਡਰ ਗੱਲ ਹੀ ਨਹੀਂ ਕਰਦਾ ਇਹਨਾਂ ਦਾ ਪੈਸਾ ਵੀ ਗੱਲ ਬੜੀ ਸੋਹਣੀ ਹੈਗੀ ਹੈ ਕਿ ਸਾਡਾ ਮੁਲਕ ਆਪਣੇ ਆਪ ਨੂੰ ਲਾਰਜੇਸਟ ਡੈਮੋਕ੍ਰੇਸੀ ਇਨ ਦੀ ਵਰਲਡ ਕਹਿੰਦਾ ਹੈ ਰੂਲ ਆਫ ਸੋਸਾਇਟੀ ਦੀ ਗੱਲ ਕਰਦਾ ਹੈ ਕਿ ਕਾਨੂੰਨ ਸਾਰੇ ਮੁਲਕ ਚੱਲਣਾ ਹੈ ਪਰ ਸ਼ਾਇਦ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ ਤੁਸੀਂ ਸਾਰਿਆਂ ਨੂੰ ਸਵਾਲ ਪੁੱਛਦੇ ਹੋ ਤੁਸੀਂ ਕੋਈ ਕੋਈ ਇਦਾਂ ਦਾ ਆਲੇ-ਦੁਆਲੇ ਦੇਖਿਆ ਹੋਵੇ ਕਿ ਇਸ ਕਿ ਸਜ਼ਾਉਣ ਤੋਂ ਬਾਅਦ ਵੀ ਉਹਨੂੰ ਛੱਡਿਆ ਨਾ ਗਿਆ ਹੋਵੇ ਜੇ ਕੋਈ ਬੰਦਾ ਵੀ ਮਾਰ ਦਿੰਦਾ 302 ਦਾ ਵੀ ਕਤਲ ਹੋ ਜਾਂਦਾ ਹੈ 376 ਵੀ ਲੱਗਦੀ ਹੈ ਅਲਟੀਮੇਟਲੀ ਉਹਨਾਂ ਦੀ ਇੱਕ ਸਜ਼ਾ ਜਿੰਨੀ ਹੋਈ ਹੈ ਉਸ ਤੋਂ ਬਾਅਦ ਪੂਰੀ ਹੋਣ ਤੋਂ ਬਾਅਦ ਉਹਦਾ ਕਾਨੂੰਨੀ ਹੱਕ ਆ ਕਿ ਉਹਨੂੰ ਰਿਹਾ ਕਰਨਾ ਹੈ ਇਹਦੇ 'ਚ ਕੋਈ ਬੰਦੇ ਨਹੀਂ ਆਇਆ ਇਹਨਾਂ ਨੇ ਜਿਹੜੀ ਜਿਨ੍ਹਾਂ ਆਪਾਂ ਸਿੰਘਾਂ ਦੀ ਗੱਲ ਕਰ ਰਹੇ ਬੰਦੀ ਸਿੰਘਾਂ ਦੀ ਭਾਈ ਜਗਤਾਰ ਸਿੰਘ ਹਵਾਰਾ ਦੀ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਭਾਈ ਲਖਪੀਰ ਸਿੰਘ ਲੱਖਾ ਦੀ ਲਖਮਿੰਦਰ ਸਿੰਘ ਲੱਖਾ ਦੀ ਪਰਮਜੀਤ ਸਿੰਘ ਪਿਓਰਾ ਜਗਤਾਰ ਸਿੰਘ ਤਾਰਾ ਗੁਰਮੀਤ ਸਿੰਘ ਭਾਈ ਸ਼ਮਸ਼ੇਰ ਸਿੰਘ ਭਾਈ ਦਵਿੰਦਰਪਾਲ ਸਿੰਘ ਪੁੱਲਰ ਇਹਨਾਂ ਸਾਰਿਆਂ ਨੂੰ ਜਿਹੜੀ ਸਜ਼ਾ ਕਾਨੂੰਨੀ ਤੌਰ ਤੇ ਹੋਈ ਆ ਜਿਹੜੀ ਸਜ਼ਾ ਇਹਨਾਂ ਨੇ ਡਬਲ ਬੁਗਤ ਲਈ ਆ ਕੀ ਕੀ ਇਹਦਾ ਇਹਦਾ ਐਗਜ਼ਾਮਪਲ ਦੇਣਗੇ ਵੀ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਸਿਰਫ ਇੱਕੋ ਹੀ ਸਟੈਂਡ ਆ ਕਿ ਇਹ ਜੀ ਇਹਨਾਂ ਨੂੰ ਜਿਹੜੀ ਅਦਾਲਤ ਨੇ ਟੇ ਲਾਸਟ ਪ੍ਰੈਟ ਸਜ਼ਾ ਕਰਤੀ ਆ ਜੇ ਇਹ ਗੱਲ ਜੁਡੀਸ਼ਰੀ ਨੇ ਗਲਤ ਕਰਤਾ ਫੈਸਲਾ ਇਸ ਤੋਂ ਉੱਪਰ ਐਗਜ਼ੈਕਟਿਵ ਬੈਠਾ ਪ੍ਰੈਜ਼ੀਡੈਂਟ ਰੂਲ ਦਾ ਜਿਹੜਾ ਇਹਨਾਂ ਨੇ ਪ੍ਰੈਜ਼ੀਡੈਂਟ ਕੋ ਇੱਕ ਅਧਿਕਾਰ ਹੈਗਾ ਕਿ ਜੇ ਕੋਈ ਉਹ ਮਰਸੀ ਪਟੀਸ਼ਨ ਦੇ ਤੌਰ ਤੇ ਜੇ ਕੋਈ ਜਾਂਦਾ ਉਹਦੀ ਸਜ਼ਾ ਮਾਫ ਕਰ ਸਕਦਾ ਹੈ ਜਾਂ ਕੈਪੀਟਲ ਸੈਂਟੈਂਸ ਕੰਮਿਊਟ ਕਰ ਸਕਦਾ ਹੈ ਤੇ ਇਸੇ ਕਰਕੇ ਬਣਾਇਆ ਸੀ ਕਿ ਜੁਡੀਸ਼ਰੀ ਗਲਤ ਫੈਸਲਾ ਕਰੇਗੀ ਤੇ ਉਹਨੂੰ ਠੀਕ ਕਰਨ ਲਈ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਉਹਨੂੰ ਠੀਕ ਕਰ ਸਕਦਾ ਹੈ ਜੀ ਜੀ ਤੇ ਇਹਨਾਂ ਸਿੰਘਾਂ ਦੀ ਜਦੋਂ ਹਰ ਵਾਰੀ ਇਹ ਗੱਲ ਆਉਂਦੀ ਆ ਕਿ ਇਹ ਫੈਸਲਾ ਗਲਤ ਹੋਇਆ ਇਹਨਾਂ ਨੂੰ ਛੱਡਣਾ ਚਾਹੀਦਾ ਹੈ ਮਨੁੱਖੀ ਅਧਿਕਾਰਾਂ ਦੀ ਜਿਹੜੀ ਬਹੁਤ ਵੱਡੀ ਖਾਨ ਹੋ ਰਹੀ ਹੈ 25 26 ਸਾਲ ਤੋਂ ਉਹ ਜੇਲ੍ਹਾਂ ਦੇ ਵਿੱਚ ਹੈਗੇ ਨੇ ਦੂਜੀ ਗੱਲ ਹੁਣੇ ਆਪਾਂ ਥੋੜਾ ਚਿਰ ਪਹਿਲਾਂ ਇੱਕ ਗੱਲ ਆਈ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਸਿਹਤ ਖਰਾਬ ਹੋ ਗਈ ਸੀ ਉਹਨਾਂ ਦੇ ਸੈੱਲ ਜਿਹੜੇ 20000 ਰਹਿ ਗਏ ਸੀ ਨਾਰਮਲੀ ਜਦੋਂ ਬੰਦੇ ਦੇ 40000 ਤੋਂ ਥੱਲੇ ਸੈੱਲ ਚਲੇ ਜਾਂਦੇ ਨੇ ਉਹਨਾਂ ਨੂੰ ਐਡਮਿਟ ਕਰਾਉਣਾ ਪੈਂਦਾ ਉਹਨਾਂ ਨੂੰ ਦੀਨਦਿਆਲ ਹਸਪੀਟਲ ਦਿੱਲੀ 'ਚ ਦਾਖਲ ਕਰਾਇਆ ਔਰ 3rd ਕਲਾਸ ਦਾ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ। ਨਾ ਉਹਨਾਂ ਨੂੰ ਪ੍ਰੋਪਰ ਡਾਈਟ, ਨਾ ਉਹਨਾਂ ਨੂੰ ਸਾਫ਼ ਪਾਣੀ। ਜਿੱਥੇ ਉਹਨਾਂ ਦੀ ਜਿਹੜੀ ਨੇਚਰਲ ਕਿਰਿਆ ਵਾ ਜਿਹੜੀ ਉਹਨਾਂ ਨੇ ਉਹ ਵੀ ਉੱਥੇ ਹੀ ICU ਦੇ ਕਮਰੇ 'ਚ ਕਰਾਉਣੀ ਪਈ। ਇਹ ਇਹ ਸਾਡਾ ਹਿਊਮਨ ਰਾਈਟਸ ਹੈਗਾ ਇੱਥੇ। ਇੱਕ ਤੁਸੀਂ ਛੱਡਦੇ ਨਹੀਂ ਬੰਦੇ, ਦੂਜੀ ਉਹਨਾਂ ਦੀ ਪ੍ਰੋਪਰ ਕੇਅਰ ਨਹੀਂ ਕਰਦੇ। ਆਪ ਕੱਲ ਆਈ ਬਲਵੰਤ ਸਿੰਘ ਰਾਜੂਪੁਰਾਣ ਜੀ ਨੂੰ ਚੈਸਟ ਪੇਨ ਦੀ ਗੱਲ ਆਈ ਆ। ਸੋ ਇਦਾਂ ਦਾ ਤੇ ਸਾਡਾ ਜਿਹੜਾ ਮੁਲਕ ਦੇ ਵਿੱਚ ਇਹ ਜਿਹੜੀਆਂ ਗੋਤਾਈਆਂ ਹੋ ਰਹੀਆਂ ਨੇ। ਇੱਕ ਐਗਜ਼ਾਮਪਲ ਦੇਣਾ ਚਾਹਾਂਗਾ ਮੈਂ। ਕੈਲੀਫੋਰਨੀਆ ਦੇ ਵਿੱਚ ਲਾਸ ਵੇਗਾਸ ਇੱਕ ਸਿਟੀ ਹੈਗਾ ਉਥੇ ਪਹਾੜਾਂ ਦੇ ਵਿੱਚ ਇੱਕ ਬਾਲੀਵੁੱਡ ਦਾ ਉਹਨਾਂ ਨੇ ਇੱਕ ਐਡਵਰਟਾਈਜ਼ਮੈਂਟ ਬੋਰਡ ਕੱਟਿਆ ਬਾਲੀਵੁੱਡ ਸਿਟੀ ਦੇ ਨਾਂ ਤੇ ਇੱਕ ਹਿਊਮਨ ਰਾਈਟ ਐਕਟਿਵਿਸਟ ਨੇ ਸਵਾਲ ਖੜਾ ਕਰਤਾ ਕਿ ਜਿਹੜਾ ਬੋਰਡ ਹੈ ਪੱਥਰਾਂ ਤੇ ਤੁਸੀਂ ਗੱਡਿਆ ਪਹਾੜਾਂ 'ਚ ਇਹਨੂੰ ਡ੍ਰਿਲ ਜਦੋਂ ਕੀਤਾ ਇਹਦੇ ਵਿੱਚੋਂ ਇਨਸੈਕਟ ਨਿਕਲੇ ਨੇ ਉਹ ਮਰ ਰਹੇ ਨੇ ਉਥੋਂ ਦੀ ਸਟੇਟ ਨੇ ਜਾਂ ਮੇਅਰ ਨੇ ਇਹ ਫੈਸਲਾ ਲਿਆ ਜੀ ਇਥੋਂ ਬੋਰਡ ਹਟਾ ਦਿਓ ਕਿਉਂਕਿ ਇਨਸੈਕਟ ਮਾਰ ਰਹੇ ਨੇ ਸਾਡਾ ਇਨਾ ਮਾੜਾ ਹਾਲ ਆ ਸਾਡੇ ਮੁਲਕ ਦਾ ਕਿ ਸਾਡੇ ਕੈਦੀ ਜੇਲ੍ਹਾਂ 'ਚ ਮਾਰ ਰਹੇ ਨੇ ਲਾਜ ਦੁੱਖ ਨੂੰ ਮਾਰ ਰਹੇ ਨੇ ਜਿਹੜੀ ਬੇਸਿਕ ਐਨਮਨਟਰੀਜ਼ ਤੋਂ ਮਾਰ ਰਹੇ ਨੇ ਸਾਡਾ ਕਿਸੇ ਵੱਲ ਖਿਆਲ ਹੀ ਨਹੀਂ ਤੁਸੀਂ ਸਿਆਸਤਦਾਨਾਂ ਦੀ ਗੱਲ ਕਰਦੇ ਹੋ ਉਹਨਾਂ ਨੂੰ ਸਿਰਫ ਸੱਤਾ ਚਾਹੀਦੀ ਆ ਭਾਵੇਂ ਕਿਸੇ ਦਾ ਸਿਰ ਕੁੱਚਲ ਕੇ ਲੈ ਲੈਣ ਭਾਵੇਂ ਕਿਸੇ ਨੂੰ ਮਾਰ ਕੇ ਲੈ ਲੈਣ ਭਾਵੇਂ ਕਿਸੇ ਨੂੰ ਕੁੱਟ ਕੇ ਲੈ ਲੈਣ ਅੰਦਰਖਾਤੇ ਤਾਂ ਹੁਣ ਵੀ ਇਹਨਾਂ ਕੋਲੋਂ ਉਹ ਵੋਟਾਂ ਦੀ ਉਮੀਦ ਰੱਖਦੇ ਨੇ ਨਾ ਵੀ ਇਹ ਵੀ ਸੁਨੇਹਾ ਲਾਣ ਵੀ ਆਪਣੇ ਜਿਹੜੇ ਇਹਨਾਂ ਦੇ ਨਾਲ ਜੁੜੀ ਹੋਈ ਸੰਗਤ ਹੈ ਵੀ ਸਾਨੂੰ ਵੋਟਾਂ ਪਾਣ ਅੰਦਰਖਾਤੇ ਤਾਂ ਇਹ ਵੋਟਾਂ ਦੀ ਉਮੀਦ ਕਰਦੇ ਨੇ ਪਰ ਇਹਨਾਂ ਬਾਰੇ ਖੁੱਲ ਕੇ ਕੋਈ ਬੋਲਦਾ ਨਹੀਂ ਭਾਈ ਸਾਹਿਬ ਇਹਨਾਂ ਨੂੰ ਵੋਟਾਂ ਜਿਹੜੇ ਅੰਦਰ ਬੰਦੀ ਸਿੰਘ ਬੈਠੇ ਨੇ ਉਹ ਐਸੇ ਸਿਸਟਮ ਦੇ ਵਿੱਚ ਕਰੀ ਇਹਨਾਂ ਨੂੰ ਸਪੋਰਟ ਨਹੀਂ ਕਰਨਗੇ ਉਹਨਾਂ ਦੇ ਏਜੰਡੇ ਨੇ ਉਹ ਜਿਹੜੇ ਇਨਸਾਫ ਪਸਾਨੇ ਹੁਣ ਇੱਕ ਗੱਲ ਹੋਰ ਆਪਾਂ ਕਰ ਲਈਏ ਜਥੇਦਾਰ ਜਗਤਾਰ ਸਿੰਘ ਵਾਰਾ ਜੋਂ ਉਹਨਾਂ ਦੀ ਜਿਹੜੀ ਟੀਮ ਦਾ ਅਸੀਂ ਸਾਰਿਆਂ ਦਾ ਨਾਮ ਲਿਆ ਉਹਨਾਂ ਦੀ ਬਿਆਨਤ ਸਿੰਘ ਨਾਲ ਕਿਹੜੀ ਦੁਸ਼ਮਣੀ ਸੀ ਉਹਨਾਂ ਨੇ ਕੋਈ ਪਹਿਲੀ ਵੰਡਣੀ ਸੀ ਕੋਈ ਵੀ ਐਦਾਂ ਦੀ ਗੱਲ ਨਹੀਂ ਸੀ ਕੋਈ ਨਹੀਂ ਜੀ ਉਹਨਾਂ ਦਾ ਕੋਈ ਮੁਫਾਦ ਨਹੀਂ ਸੀ ਸਿਰਫ ਇਸ ਕਰਕੇ ਜੇ ਉਹਨੂੰ ਸੋਦਾ ਨਾ ਲਾਉਂਦੇ ਸ਼ਾਇਦ ਅੱਜ ਮੇਰੇ ਸਿਰ ਤੇ ਵੀ ਬੱਗ ਨਾ ਹੁੰਦੀ ਤੇ ਮੈਂ ਤੁਹਾਡੇ ਸਾਹਮਣੇ ਖਲੋਤਾ ਹੀ ਨਾ ਹੁੰਦਾ ਉਦੋਂ ਮਾਹੌਲ ਤੇ ਵੇਖੋ ਤੁਸੀਂ ਕਿਦਾਂ ਦਾ ਹੈਗਾ ਕਿ ਦਰਜਨਾ ਦੇ ਦਰਜਨਾ ਪਿੰਡਾਂ ਚ ਲੋਕ ਨੌਜਵਾਨ ਮੁੰਡੇ ਜਿਨ੍ਹਾਂ ਦੀ ਦਾੜੀ ਫੁੱਟੀ ਆ ਤੇ ਸਿਰ ਤੇ ਕੇਸਰੀ ਪਰਨਾ ਬੰਨਿਆ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦੇਣਾ ਖਾਲੜਾ ਸਾਹਿਬ ਜਿਨ੍ਹਾਂ ਨੇ ਇੱਕ ਰਿਪੋਰਟ ਤਿਆਰ ਕਰਤੀ ਕਿ ਇਥੇ ਇੰਨੇ ਬੰਦੇ ਇਹਨਾਂ ਨੇ ਨੌਜਵਾਨ ਸ਼ਹੀਦ ਕਰਤੇ ਨੇ ਉਸ ਬੰਦੇ ਨੂੰ ਵੀ ਇਹਨਾਂ ਨੇ ਜਿਹੜਾ ਇਦਾਂ ਫੇਕ ਇਨਕਾਊਂਟਰ ਚ ਕਰਕੇ ਮਾਰਤਾ ਇਦਾਂ ਦੇ ਮਾਹੌਲ ਦੇ ਵਿੱਚ ਜਿਹੜਾ ਵਾ ਪਾਪੀ ਕੋ ਮਾਰਨੇ ਕੋ ਪਾਪ ਜਿਹੜਾ ਮਹਾਬਲੀ ਆ ਉਹ ਕੰਮ ਉਹਨਾਂ ਨੇ ਜਿਹੜਾ ਕੀਤਾ ਵਾ ਇਹਨਾਂ ਨੂੰ ਤੇ ਜਿਹੜਾ ਵਾ ਇੱਕਦਮ ਤੁਰੰਤ ਜਿਹੜੀ ਇਹਨਾਂ ਨੇ ਕ੍ਰਾਈਮ ਕੀਤਾ ਸੀ ਇੱਕਦਮ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਸੀ ਉਲਟਾ ਇਹਨਾਂ ਨੂੰ ਜਿਹੜਾ ਵਾ ਜਿਹੜੀ ਇਹਨਾਂ ਨੇ ਜੁਰਮ ਜਿਹੜਾ ਵਾ ਕੀਤਾ ਉਹਦੀ ਜਿਹੜੀ ਸਜ਼ਾ ਭੁਗਤਣ ਤੋਂ ਬਾਅਦ ਵੀ ਅੰਦਰ ਰੱਖਿਆ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਚੱਲ ਸਰ ਬੀਜੇਪੀ ਬੜਾ ਟੰਡ ਹੋਰਾ ਪਿੱਟਦੀ ਹੈ। ਕਹਿੰਦੇ ਵੀ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਨਹੀਂ ਕਦੀ ਕਾਲੀ ਸੂਚੀ ਵੀ ਖਤਮ ਕਰਤੀ ਅਫਗਾਨਿਸਤਾਨ ਤੋਂ ਵੀ ਆਪਾਂ ਜਿਹੜੇ ਸਿੱਖ ਉਹਨਾਂ ਨੂੰ ਲੈ ਕੇ ਆਏ ਆਂ ਜੀ ਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਿਉਂ ਨਹੀਂ ਗੱਲ ਹੁੰਦੀ? ਠਾਕੁਰ ਸਾਹਿਬ ਇਹ ਜਿਹੜੀਆਂ ਉਹਨਾਂ ਦੀਆਂ ਕਹਿਣੀਆਂ ਤੇ ਕਰਨੀ 'ਚ ਬਹੁਤ ਅੰਤਰ ਹੈ। ਪਹਿਲੇ ਕਾਲੀ ਲਿਸਟ ਬਣਾਈ ਕਿਉਂ? ਬਲੈਕਲਿਸਟ ਬਣਾਈ ਕਿਉਂ ਸਾਡੇ ਮੁਲਕ ਦੇ ਬੰਦੇ ਸੀ ਜੇ ਕਿਸੇ ਦੇ ਖਿਲਾਫ ਪਰਟੀਕੂਲਰ ਆਦਮੀ ਦੇ ਖਿਲਾਫ ਕਰਾਇਮ ਹੈ ਉਹਨੂੰ ਟ੍ਰਾਇਲ ਚ ਲਾਓ ਉਹਨੂੰ ਸਜ਼ਾ ਕਰ ਦਿਓ ਇੱਕ ਆਦਮੀ ਜਿਹੜਾ ਹੈ ਉਹ ਆਪਣੇ ਖਿਆਲ ਦੇਂਦਾ ਹੈ ਇਹਨਾਂ ਦੇ ਉਲਟ ਦੇਂਦਾ ਹੈ ਤੇ ਉਹ ਟੈਰਰਿਸਟ ਬਣ ਗਿਆ ਚਾਹੇ ਉਹ ਕਾਲੀ ਲਿਸਟ 'ਚ ਆ ਗਿਆ ਆਪਾਂ ਹੁਣੇ ਹੀ ਆਪਣੀ ਅ ਇਨਸਾਨਦ ਅੰਦੋਲਨ 'ਚ ਇੱਕ ਰਖੜਾ ਸਾਹਿਬ ਦਾ ਭਰਾ ਆਇਆ ਸੀ ਤਾਲੀਵਾਲ ਉਹ ਤੇ ਕਾਲੀ ਲਿਸਟ 'ਚ ਨਹੀਂ ਸੀਗਾ ਉਹਨੇ ਇੱਕੋ ਹੀ ਗੱਲ ਸੀ ਕਿ ਉਹ ਕਿਸਾਨਾਂ ਦੇ ਮੋਰਚੇ ਨੂੰ ਸਪੋਰਟ ਕਰਦਾ ਸੀ ਉੱਥੇ ਉਹਨਾਂ ਨੂੰ ਪੈਸੇ ਭੇਜੇ ਲੰਗਰ ਮੁਹੱਈਆ ਕਰਵਾਇਆ ਉਹਨੂੰ 에어ਪੋਰਟ ਤੋਂ ਇਸ ਕਰਕੇ ਮੋੜ ਦਿੱਤਾ ਪੀਐਨ ਸਪੋਰਟ ਕਿਉਂ ਕੀਤੀ ਹੈ ਸੋ ਕਾਲੀ ਲਿਸਟ ਦਾ ਨਾਂ ਵੀ ਬਣਾਉ ਉਹ ਤਾਂ ਵੀ ਉਹਨਾਂ ਦੀ ਕਾਲੀ ਲਿਸਟ ਜਦੋਂ ਮਰਜ਼ੀ ਉਹਨੂੰ ਜਿੱਥੇ ਮਰਜ਼ੀ ਜਿਹੜੀ ਹੈ ਉਹਨੂੰ ਤਬਦੀਲ ਕਰ ਸਕਦੇ ਆ ਅਸੀਂ ਵੀ ਹੋ ਸਕਦਾ ਕਾਲੀ ਲਿਸਟ 'ਚ ਹੋਈਏ ਅਸੀਂ ਕਿ ਕ੍ਰਾਈਮ ਕਰਦੇ ਆ ਅਸੀਂ ਤੇ ਇਹੋ ਹੀ ਕ੍ਰਾਈਮ ਕਰਦੇ ਆ ਨਾ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਇਹ ਗੱਲ ਕਰਦੇ ਆ ਵੀ ਗੈਰ ਕਾਨੂੰਨੀ ਨਾ ਕਰੋ ਭਈ ਕਾਨੂੰਨ ਦੇ ਅਨਸਾਰ ਚੱਲੋ ਹੁਣ ਇਸ ਤੋਂ ਤਰਾਸ ਕੀ ਹੋ ਸਕਦੀ ਐ ਇਸ ਮੁਲਕ ਦੀ ਵੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਉਮਰ ਦੀ ਸਜ਼ਾ ਕਰ ਦਿੱਤੀ ਐ ਉਹ ਉਹਨੂੰ ਮੌਤ ਦੀ ਸਜ਼ਾ ਦੇਤੀ ਹੈ ਜਿਹੜਾ ਪਰਜਾਈਂਗ ਜੱਜ ਸ਼ਾਹ ਸੀ ਉਹਨੇ ਬਰੀ ਕਰ ਜ਼ਬੇਦ ਕੇਸ ਪੰਡਦਾ ਨਹੀਂ ਐ ਤੇ ਬਿਆਨ ਤੇ ਮੈਨੂੰ ਇਹਨੂੰ ਕਿਦਾਂ ਸਜ਼ਾ ਕਰਦੇ ਆ ਉਮਰ ਕੈਦ ਚ ਇਹਨੂੰ फांसी ਦੀ ਸਜ਼ਾ ਤੇ ਇੱਕ ਬਣੇ ਰਹੀ ਉਹ ਬਰੀ ਕਰਦਾ ਹੈ ਦੋ ਦੂਜੇ ਜੱਜ ਜਿਹੜੇ ਉਹਨੂੰ फांसी ਦੀ ਸਜ਼ਾ ਦੇ ਰਹੇ ਨੇ ਇਹ ਪਹਿਲਾ ਹੀ ਫੈਸਲਾ ਹੈ ਸਾਡੇ ਮੁਲਕ ਦੇ ਵਿੱਚ ਨਹੀਂ ਸਾਰੀ ਦੁਨੀਆ ਦੇ ਵਿੱਚ ਵੀ ਇੱਕ ਮੰਨੇ ਇੱਕ ਬੰਦਾ ਜਿਹੜਾ ਹੈ ਜੱਜ ਹੈ ਸਭ ਤੋਂ ਜਿਹੜਾ ਸੀਨੀਅਰ ਸੀ ਉਹ ਉਹਨੂੰ ਬਰੀ ਕਰਦਾ ਦੂਜੇ ਦੋ फांसी ਦੀ ਸਜ਼ਾ ਦੇ ਦਿੰਦੇ ਸੋ ਇਸ ਤਰ੍ਹਾਂ ਦੇ ਹੋਰ ਵੀ ਐਗਜ਼ਾਮਪਲ ਹੈਗੇ ਨੇ ਇੱਥੇ ਜਿਹੜੀ ਹੈ ਮਨੁੱਖੀ ਅਧਿਕਾਰਾਂ ਦੀ ਕੋਈ ਗਦਰ ਨਹੀਂ ਹੈਗੀ ਜਿਸ ਤਰ੍ਹਾਂ ਮੇਰੇ ਹੁਣੇ ਦੋਸਤ ਨੇ ਦੱਸਿਆ ਸੀ ਕਿ ਜਿਹੜੇ ਰਾਜਨੀਤਿਕ ਆਗੂ ਨੇ ਉਹਨਾਂ ਨੂੰ ਤੇ ਲੋਕਾਂ ਦੀਆਂ ਲਾਸ਼ਾਂ ਤੇ ਸਤਾ ਮਿਲਣੀ ਚਾਹੀਦੀ ਆ ਰਾਜ ਮਿਲਣਾ ਚਾਹੀਦਾ ਉਹ ਕਿਸੇ ਮਨੁੱਖੀ ਅਧਿਕਾਰ ਨੂੰ ਨਹੀਂ ਜਾਣਦੇ ਤੇ ਮਨੁੱਖੀ ਅਧਿਕਾਰ ਹੁਣ ਜੇ ਨਹੀਂ ਹੋ ਜਾਣਦੇ ਤੇ ਆਫਟਰ ਆਲ ਸਾਡਾ ਰੂਲ ਆਫ ਲਾ ਦੀ ਗੱਲ ਕਰਦੇ ਅਸੀਂ ਸਾਡੀ ਐਗਜ਼ੀਕਟਿਵ ਹੈ ਸਾਡਾ ਲੈਜਿਸਲੇਚਰ ਹੈ ਸਾਡੀ ਜਿਹੜੀ ਹੈਗੀ ਆ ਦੂਜੀ ਜਿਹੜੀ ਹੈ ਜੁਡੀਸ਼ਰੀ ਹੈ ਉਹ ਕੋਈ ਤਾਂ ਆਣ ਕੇ ਅੱਗੇ ਗੱਲ ਕਰੇ ਵੀ ਨਹੀਂ ਆਪਾਂ ਜਿਹੜੀ ਹੈ ਕਾਨੂੰਨੀ ਗੱਲ ਕਰਨੀ ਹੈ ਗੈਰ ਕਾਨੂੰਨੀ ਨਹੀਂ ਕਰਨੀ ਸੋ ਇਹ ਗੱਲਾਂ ਤੇ ਸਾਰੀਆਂ ਕਾਨੂੰਨੀ ਨੇ ਕਾਨੂੰਨ ਦਾ ਜਿਹੜਾ ਹੈ ਸਤਿਆਨਾਸ਼ ਜਾਂ ਕਾਨੂੰਨ ਦੀ ਜਿਹੜੀ ਹੈ ਤੋਹੀਨ ਹੁੰਦੀ ਹੈ ਤੇ ਤਾਂ ਹੀ ਹਿਊਮਨ ਰਾਈਟਸ ਦੀ ਗੱਲ ਅਸੀਂ ਕਰਦੇ ਆ ਜੇ ਨਹੀਂ ਇਹ ਠੀਕ ਚੱਲੇ ਮਾਮਲਾ ਤੇ ਹਿਊਮਨ ਰਾਈਟਸ ਵਾਇਲਟ ਹੋਣੀ ਨਾ ਸਾਡੀ ਵੀ ਲੋੜ ਨਹੀਂ ਰਹਿ ਜਾਂਦੀ ਕੇਂਦਰ ਸਰਕਾਰ ਨੂੰ ਕਰ ਦੇਣਾ ਚਾਹੀਦਾ ਇਹ ਵੀ ਬੰਦੀ ਸਿੰਘਾਂ ਦੀ ਰਾਹੀ ਕਰ ਦੇਣੀ ਚਾਹੀਦੀ ਮੈਂ ਕਹਿੰਦੀ ਕਰ ਦੇਣੀ ਚਾਹੀਦੀ ਸੀ ਅੱਜ ਤੋਂ ਤਾਂ 10 ਸਾਲ ਪਹਿਲੇ ਆਪਾਂ ਦੇ ਇੱਥੇ ਪੰਜਾਬ ਦੇ ਕਿੰਨੇ ਉਦਾਹਰਨ ਸਾਡੇ ਕੋਲ ਪੀ ਪੁਲਿਸ ਵਾਲਿਆਂ ਨੇ ਬੰਦੇ ਮਾਰੇ ਨੇ ਸ਼ਰਿਆਂ ਮਾਰੇ ਨੇ 302 ਦਾ ਕੇਸ ਬਣਿਆ ਹੈ ਉਹਨਾਂ ਦਾ ਉਹਨਾਂ ਦਾ ਟ੍ਰਾਇਲ ਹੋਇਆ ਹੈ ਟ੍ਰਾਇਲ ਜਿਹੜਾ ਹੈ 20-20 ਸਾਲ ਦਾ ਲੰਬਾ ਹੋ ਗਿਆ ਅਰੈਸਟ ਉਹਨਾਂ ਦੀ ਹੋਈ ਨਹੀਂ ਜਿਹੜਾ ਇੰਸਪੈਕਟਰ ਸੀ ਉਹ ਐਸਐਸਪੀ ਦੀ ਲੈਵਲ ਤੇ ਚਲੇ ਗਿਆ ਡੀਆਈਜੀ ਬਣ ਗਿਆ ਤੇ ਜਦੋਂ ਉਹਨਾਂ ਨੂੰ ਸਜ਼ਾ ਹੋਈ ਹੈ ਉਹ ਸਾਰੇ ਦੇ ਸਾਰੇ ਸਰਵਿਸ ਬੈਨੀਫਿਟ ਲੈ ਚੁੱਕੇ ਨੇ ਤੇ ਅਜੇ ਸਰਵ ਜਿਹੜੀ ਉਹਨਾਂ ਨੂੰ ਕਨਵੈਕਸ਼ਨ ਹੋਈ ਹੈ ਤੇ ਹਾਈ ਕੋਰਟ ਚ ਅਪੀਲ ਪੈਂਡਿੰਗ ਹੈ ਅਪੀਲ ਪੈਂਡਿੰਗ ਅਜੇ 2 ਸਾਲ ਨਹੀਂ ਕਹਿ ਤੋਏ گورنر ਨੇ ਮਾਫ ਕਰਕੇ ਘਰ ਨੂੰ ਭੇਜ ਦਿੱਤਾ ਹੈ ਕਿਹੜਾ ਕਾਨੂੰਨ ਹੈ ਦੱਸੋ ਇਸ ਕਾਨੂੰਨ ਚ ਤੇ ਇਹਨਾਂ ਦੇ ਕਾਨੂੰਨ ਚ ਕੀ ਫਰਕ ਹੈ ਗਤਲ ਕਰਨ ਵਾਲੇ ਨੂੰ ਮਾਫੀ ਪਹਿਲਾਂ ਹੀ ਮਿਲ ਜਾਂਦੀ ਹੈ ਮੈਂ ਕਿਹਾ ਹਾਂ ਇਹ ਮਤਲਬ ਏਡੀ ਵੱਡੀ ਜਿਹੜੀ ਬੇਇਨਸਾਫੀ ਹੈ ਇਸ ਸਿਸਟਮ ਦੇ ਵਿੱਚ ਵੀ ਜਿਹੜਾ ਕਾਨੂੰਨੀ ਤੌਰ ਤੇ ਛੱਡਣਾ ਚਾਹੀਦਾ ਉਹਨਾਂ ਨੂੰ ਤੇ ਛੱਡਦੇ ਨਹੀਂ ਤੇ ਜਿਹਨੂੰ ਕਾਨੂੰਨੀ ਤੌਰ ਤੇ ਰਹਾਈ ਨਹੀਂ ਬਣਦੀ ਉਹ ਤੁਸੀਂ ਸ਼ਾਮ ਨੂੰ ਘਰ ਨੂੰ ਲੈ ਜਾਓ ਸੋ ਇਹ ਗੱਲ ਜਿਹੜੀ ਹੈ ਅਸੀਂ ਪਿਛਲੇ ਕਿੰਨੇ ਸਾਲ 10 15 ਸਾਲ ਤੋਂ ਇਹ ਗੱਲ ਜਿਹੜੀ ਕਹਿ ਰਹੇ ਆਂ ਵੀ ਬੰਦੇ ਤੁਸੀਂ ਗਲਤ ਰੱਖੇ ਨੇ ਛੱਡੋ ਇਹਨਾਂ ਨੂੰ ਛੱਡੋਏ ਮਤਲਬ ਕੋਈ ਨਾ ਜੁਡੀਸ਼ਲ ਸਿਸਟਮ ਸੁਣਦਾ ਨਾ ਸਾਡੇ ਜਿਹੜੇ ਪੋਲੀਟੀਸ਼ੀਅਨ ਹੋ ਸੰਦੇ ਨਾ ਐਗਜ਼ੈਕਟਿਵ ਸੁਣਦੀ ਏ ਤੇ ਲੋਕਾਂ ਨੇ ਮੁਜ਼ਾਰੇ ਹੀ ਕਰਨੇ ਆ ਨਾ ਫਿਰ ਤੇ ਜੇ ਮੁਜ਼ਾਰੇ ਜਿਹੜੇ ਹੈ ਉਹਨਾਂ 'ਚੋਂ ਵੀ ਨਹੀਂ ਕੁਝ ਹੋਏਗਾ ਲੋਕਾਂ ਦੀਆਂ ਜਿਹੜੀਆਂ ਫਿਰ ਜਿਹੜਾ ਹੈ ਇਹਦਾ ਇੰਟਰਨੈਸ਼ਨਲ ਤੇ ਲੈਵਲ ਤੇ ਕਿੰਨਾ ਵੱਡਾ ਨੁਕਸਾਨ ਹੁੰਦਾ ਹੈ ਬਿਲਕੁਲ ਤੇ ਇੱਕ ਵਾਰ ਮੈਂ ਚਾਹਾਂਗਾ ਭਾਜੀ ਸਮਾਂ ਤੇ ਸਥਾਨ ਜ਼ਰੂਰ ਇੱਕ ਵਾਰ ਦੱਸੋ ਆਪਣਾ ਫਤਿਹਗੜ੍ਹ ਸਾਹਿਬ ਤੋਂ 10 ਵਜੇ ਅਸੀਂ ਮੇਨ ਗੁਰਦੁਆਰਾ ਸਾਹਿਬ ਤੋਂ ਚੱਲ ਰਹੇ ਹਾਂ ਜੀ ਜੋਤੀ ਸਰੂਪ ਤੋਂ ਤੇ ਆਪਣਾ ਗਵਰਨਰ ਹਾਊਸ ਤੱਕ ਦਾ ਮਾਰਚ ਹੈ ਜੇ ਮਾਰਚ ਨੂੰ ਲੋਅ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਤਾਂ ਚੰਡੀ ਸਾਰਾ ਹੀ ਮਾਰਚ ਆਏਗਾ ਜੇ ਉੱਥੇ ਕੋਈ ਬੰਦਸ਼ ਲਾਈ ਗਈ ਤੇ ਜਿੱਥੇ ਵੀ ਰੋਕਿਆ ਜਾਏਗਾ ਉਸ ਤੋਂ ਬਾਅਦ ਫਿਰ ਜਿਹੜਾ ਡੈਲੀਗੇਸ਼ਨ ਹੈ ਉਹ ਜਾ ਕੇ ਮੈਮੋਰੰਡਮ ਗਵਰਨਰ ਹਾਊਸ ਨੂੰ ਦੇ ਕੇ ਆਏਗਾ ਬਿਲਕੁਲ ਤਾਂ ਬੰਦੀ ਸਿੰਘਾਂ ਦੀ ਰਿਹਾਈ ਜੋ ਹੁਣ ਤੋਂ ਨਹੀਂ ਬਿਤੇ ਕਈ ਸਾਲਾਂ ਤੋਂ ਇੱਕ ਮੁੱਦਾ ਬਣਿਆ ਹੋਇਆ ਹੈ ਉਹਨਾਂ ਲਈ ਜੋ ਮਨੁੱਖੀ ਅਧਿਕਾਰਾਂ ਦੀ ਕਦਰ ਕਰਦੇ ਨੇ ਪਰ ਅਫਸੋਸ ਜਿਵੇਂ ਸਰਦਾਰ ਅਮਰ ਸਿੰਘ ਚਾਹਲ ਜੀ ਉਹਨਾਂ ਨੇ ਵੀ ਦੱਸਿਆ ਹੈ ਕਿ ਕਾਨੂੰਨੀ ਤੌਰ ਤੇ ਜਿਨ੍ਹਾਂ ਨੂੰ ਸਜ਼ਾ ਬਣਦੀ ਸੀ ਉਹਨਾਂ ਨੂੰ ਤਾਂ 2 ਸਾਲ ਰੱਖ ਕੇ ਉਹਨਾਂ ਨੂੰ ਰਿਹਾਈ ਦਿੱਤੀ ਜਾਂਦੀ ਹੈ ਪਰ ਜੋ ਆਪਣੀ ਸਜ਼ਾ ਭੁਗਤ ਵੀ ਚੁੱਕੇ ਨਹੀਂ ਉਹ ਫਿਰ ਵੀ ਹੋਰ 10-10 ਸਾਲਾਂ ਤੋਂ 12-12 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੰਦ ਕੀਤੇ ਹੋਏ ਨੇ ਆਖਰ ਕਿਉਂ ਇਹ ਵੱਡਾ ਸਵਾਲ ਹੈ ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ